ਅਸਲਾਮ ਵਾਲੇਕਮ ਜੀ, ਨਰਵਲ ਟਰੈਕਟਰ ਯੂਟਿਊਬ ਚੈਨਲ 'ਚ ਸਭ ਦੋਸਤਾਂ ਖੁਸ਼ਾਮਦੀਦ ਕਹਿੰਦੇ ਹਾਂ। ਟਰੈਕਟਰ ਦਾ 2007 ਮਾਡਲ ਆਪਣੇ ਵੀਰਾਂ ਭਰਾਵਾਂ ਵਾਸਤੇ ਟਰੈਕਟਰ ਫਾਸ ਸੇਲ ਲਿਆਉਂਦਾ ਜੀ। ਵੀਡੀਓ ਪੂਰੀ ਵੇਖਿਓ, ਮੁਕੰਮਲ ਇਹਦੀ ਇਨਫੋਰਮੇਸ਼ਨ ਦਾਂਗਾ। ਕਈ ਭਰਾ ਜੀ ਮੈਸੇਜ ਕਰ ਛੱਡਦੇ ਨੇ ਅਤੇ ਉਂਝ ਵੀ ਕਹਿੰਦੇ ਸਾਨੂੰ ਕੰਡੀਸ਼ਨ ਦੱਸੋ ਭਰਾਵਾ, ਵੀਡੀਓ ਤੁਹਾਡੇ ਵਾਸਤੇ ਸਾਰੇ ਦੋਸਤਾਂ ਵਾਸਤੇ ਬਣਾਈ ਵੀ ਹੈ। ਅਤੇ ਟਰੈਕਟਰ 2007 ਮਾਡਲ ਜੀ, ਨਰਵਲ ਸ਼ਹਿਰ ਦਾ ਜੀ, ਇਹਨੂੰ ਨੰਬਰ ਲੱਗਿਆ ਜ਼ਿਲ੍ਹੇ ਦਾ ਜੀ। ਅਤੇ ਇਹ ਕੰਡੀਸ਼ਨ ਜੀ ਟਰੈਕਟਰ ਦੀ, 0 ਮੀਟਰ ਮਗਰਲੇ ਟਾਇਰ ਜੀ, ਚੈੱਕ ਕਰ ਲਓ ਪੈਂਥਰ ਦੇ ਪਾਵਰ ਦੇ ਰੇਮਰੀ ਪੇਂਟ ਨੇ, ਪਲੇਟਾਂ ਜੇ ਲੱਗੀਆਂ ਨੇ, ਹੁੱਕ ਤੰਗੀ ਲੱਗੀ ਜੇ, ਨੰਬਰ ਛੰਬਰ ਲੱਗਿਆ, ਟੂਪਾ ਛੂਪਾਂ ਦਾ ਰੰਗ ਜੇ। ਵੀਡੀਓ ਪੂਰੀ ਵੇਖਿਓ ਮੇਰੇ ਵੀਰ ਭਰਾ, ਨੰਬਰ ਥੱਲੇ ਨਜ਼ਰ ਆਉਣ ਡਿਆ ਹੋਏਗਾ, ਉੱਤੇ ਰਾਬਤਾ ਕਰ ਲਿਓ ਅਤੇ ਇਹਦੀ ਡਿਮਾਂਡ ਵੀ ਦੱਸਾਂਗੇ। ਨਵੇਂ ਪੁਰਾਣੇ ਟਰੈਕਟਰ ਖਰੀਦਣ ਵਾਸਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਰੰਗ ਛੰਗ ਜੇ ਦਾ ਦੋਸਤਾਂ ਦੇ ਸਾਹਮਣੇ ਜੀ, ਜੋ ਵੀ ਟੁੱਟ ਭੱਜ ਦੋਸਤਾਂ ਨੂੰ ਸਾਹਮਣੇ ਲੱਭ ਜਾਏਗੀ, ਕਿਲ ਕਾਬਲਾ ਆਪਣਾ ਜੇ। ਇਹ ਇਹਦੀ ਚੇਸੀ ਪੱਧਰੀ ਜੇ, ਅਸ਼ੋ ਕੰਡ ਉੱਤੋਂ ਜੇ, ਇਹ ਚੈੱਕ ਕਰ ਲਓ ਟਰੈਕਟਰ। ਅਗਲੇ ਟਾਇਰ ਜਿਹੜੇ ਸਮਝ ਲਓ ਪੂਰੇ ਹੀ ਜੇ, 6 ਕਾਨੇ ਜੇ। ਇੰਜਨ ਦਾ ਚੰਗਾ ਜੇ ਟਰੈਕਟਰ, ਇਹ ਸਾਹਮਣੇ ਸੈਲਫ ਸਟਾਰਟ ਆ, ਬੈਟਰੀ ਚੰਗੀ ਆ ਵਿੱਚ। ਇੱਧਰੋਂ ਇਹਦੇ ਇੰਜਨ ਦੀ ਕੰਡੀਸ਼ਨ ਚੈੱਕ ਕਰਾ ਦਿੰਦੇ ਹਾਂ। ਇਹ ਪੰਪ ਸ਼ੰਪ ਚੈੱਕ ਕਰ ਲਓ, ਇਹ ਚੀਜ਼ ਦੇਖੋ। ਇਹ ਦੋਸਤੋ ਇਹਦਾ ਸਾਰਾ ਰੰਗ ਜੇ, ਟਰੈਕਟਰ ਕਿਤੋਂ ਟੁੱਟ ਭੱਜ ਨਹੀਂ ਹੈ, ਸਾਫ਼ ਸੁਥਰਾ ਟਰੈਕਟਰ ਆ। ਅਤੇ ਅੱਗੋਂ ਤੁਹਾਨੂੰ ਵਿੱਚੋਂ ਵੀ ਦਿਖਾ ਦਿੰਦੇ ਹਾਂ ਖੋਲ੍ਹ ਕੇ ਇਹਦੇ ਵਿੱਚੋਂ ਕੰਡੀਸ਼ਨ ਜੀ। ਇਹ ਚੈੱਕ ਕਰ ਲਓ, ਬੈਟਰੀ ਵੀ ਵਿੱਚ ਮੌਜੂਦ ਜੇ, ਸਲੋ ਸਟਾਰਟ ਜੀ। ਸ਼ਹਿਰ ਜ਼ਿਲ੍ਹੇ ਨਰਵਲ ਦੀ ਲੋਕੇਸ਼ਨ 'ਚ ਟਰੈਕਟਰ ਖਲੋਤਾ। ਇਹਦੀ ਜਿਹੜੀ ਨਾਲ ਹੋਕੀ ਆ ਅਤੇ ਨੰਬਰ ਲੱਗਿਆ ਛੱਤ ਜੀ, ਕੋਈ ਸਮਾਨ ਹੋਰ ਕੋਈ ਨਹੀਂ ਜੀ, ਹੁੱਕ ਨਾਲ ਜੇ। 9.5 ਲੱਖ ਡਿਮਾਂਡ ਆ, ਮੌਕੇ 'ਤੇ ਥੋੜ੍ਹੀ ਬਹੁਤੀ ਕਮੀ ਪੇਸ਼ੀ ਹੋ ਜਾਏਗੀ। ਅੱਗੇ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਹੋਏ ਟਰੈਕਟਰ, ਸ਼ਹਿਰ ਜ਼ਿਲ੍ਹੇ ਨਰਵਲ ਦੀ ਲੋਕੇਸ਼ਨ 'ਚ ਟਰੈਕਟਰ ਖਲੋਤਾ। ਅਤੇ ਥੱਲੇ ਨੰਬਰ ਨਜ਼ਰ ਆਉਣ ਡਿਆ ਜੀ, ਰਾਬਤਾ ਕਰ ਸਕਦੇ ਸਾਡੇ ਯੂਟਿਊਬ ਚੈਨਲ ਨਰਵਲ ਟਰੈਕਟਰ ਨੂੰ ਸਬਸਕ੍ਰਾਈਬ ਕਰਿਓ। ਨਵੀਂ ਤੋਂ ਨਵੀਂ ਵੀਡੀਓ ਜਿਹੜੀ ਟਰੈਕਟਰਾਂ ਦੀ ਮੇਰੇ ਦੋਸਤਾਂ ਭਰਾਵਾਂ ਤੱਕ ਪਹੁੰਚਦੀ ਰਹੇ। ਅੱਲਾ ਹਾਫਿਜ਼ ਜੀ।